ਸਤਿ ਸ਼੍ਰੀ ਅਕਾਲ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਤੁਹਾਡੇ ਨਾਲ ਪਾਲਕ ਪਨੀਰ ਦੀ ਰੈਸਪੀ ਸ਼ੇਅਰ ਕਰਾਂਗੇ, ਜਿਸ ਨੂੰ ਬਣਾਉਣ ਵਾਸਤੇ ਮੈਂ 1 ਕਿਲੋ ਪਾਲਕ ਲਈ ਹੈ ਅਤੇ 200 ਗ੍ਰਾਮ ਪਨੀਰ ਲਿਆ ਹੈ। ਘਰ ਦਾ ਬਣਿਆ ਹੋਇਆ ਫਰੈਸ਼ ਪਨੀਰ ਹੈ, ਇਹ ਮੈਂ ਆਪ ਬਣਾਇਆ ਹੈ। ਅਤੇ ਨਾਲ ਧਨੀਆ ਲਿਆ ਹੈ, ਲੂਣ ਅਸੀਂ ਲੋੜ ਅਨੁਸਾਰ ਪਾਵਾਂਗੇ। ਲਸਣ ਦੀ 1 ਗੰਢੀ ਲਈ ਹੈ, ਇਸ ਨੂੰ ਮੈਂ ਕੁੱਟ ਲਿਆ ਹੈ ਕੁੰਡੀ ਵਿੱਚ। ਅਤੇ ਅਦਕਰ ਅਸੀਂ ਚੀਰ ਕੇ ਪਾਵਾਂਗੇ, 1 ਗੰਢੀ ਅਦਕਰ ਦੀ ਲਈ ਹੈ। ਅਤੇ 4 ਹਰੀਆਂ ਮਿਰਚਾਂ ਲਈਆਂ ਨੇ, 1 ਪਿਆਜ਼ ਲਿਆ ਹੈ ਅਤੇ ਮਸਾਲਾ ਲਿਆ ਹੈ ਗਰਮ ਅਤੇ ਜੀਰਾ ਲਿਆ ਹੈ। ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਬੋਇਲ ਕਰਦੇ ਹਾਂ ਅਤੇ ਪਾਲਕ ਪਾ ਦੇਵਾਂਗੇ। ਪਾਲਕ ਨੂੰ ਮੈਂ ਮੋਟੀ ਮੋਟੀ ਕੱਟਿਆ ਹੈ। ਪਾਲਕ ਨੂੰ ਬੋਇਲ ਹੋਣ ਵਾਸਤੇ ਵੇਟ ਕਰਦੇ ਹਾਂ, ਇਸਨੂੰ ਉੱਪਰੋਂ ਢੱਕ ਦਿੰਦੇ ਹਾਂ। 10 ਮਿੰਟ ਹੋ ਚੁੱਕੇ ਨੇ, ਪਾਲਕ ਚੰਗੀ ਤਰ੍ਹਾਂ ਉੱਬਲ ਚੁੱਕੀ ਹੈ। ਹੁਣ ਅਸੀਂ ਇਸ ਨੂੰ ਥੱਲੇ ਉਤਾਰਦੇ ਹਾਂ। ਹੁਣ ਅਸੀਂ ਪਾਲਕ ਨੂੰ ਪੁੱਲ ਲੈਂਦੇ ਹਾਂ। ਪਾਲਕ ਨੂੰ ਬਲੈਂਡਰ ਕਰ ਲਿਆ ਹੈ, ਹੁਣ ਅਸੀਂ ਤੜਕਾ ਲਗਾਉਂਦੇ ਹਾਂ। ਕੁਕਿੰਗ ਆਇਲ ਪਾਵਾਂਗੇ ਥੋੜ੍ਹਾ ਜਿਹਾ, ਜੀਰਾ ਪਾ ਦਿੰਦੇ ਹਾਂ, ਪਿਆਜ਼, ਅਦਰਕ ਅਤੇ ਲਸਣ ਪਾ ਦੇਵਾਂਗੇ। ਪਿਆਜ਼, ਅਦਰਕ ਅਤੇ ਲਸਣ ਨੂੰ ਗੋਲਡਨ ਬਰਾਊਨ ਹੋਣ ਤੱਕ ਵੇਟ ਕਰਦੇ ਹਾਂ। ਚਮਚਾ ਰਗੜੀਆਂ ਜਾਂ ਮਿਰਚਾਂ ਪਾ ਦਿੰਦੇ ਹਾਂ, ਤੁਸੀਂ ਲਾਲ ਮਿਰਚਾਂ ਵੀ ਪਾ ਸਕਦੇ ਹਾਂ। ਮਸਾਲਾ ਪਾ ਦੇਵਾਂਗੇ 1 ਚਮਚਾ, ਪਨੀਰ ਪਾ ਦਿੰਦੇ ਹਾਂ, ਥੋੜ੍ਹਾ ਜਿਹਾ ਪਾਣੀ ਪਾਵਾਂਗੇ, 1 ਚਮਚਾ ਅਸੀਂ ਇਸਦੇ ਅੰਦਰ ਬੇਸਣ ਦਾ ਪਾ ਦਿੰਦੇ ਹਾਂ, ਜੋ ਕਿ ਆਪਸ਼ਨਲ ਹੈ, ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹਾਂ। ਪਾਲਕ ਪਨੀਰ ਬਹੁਤ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਮੈਂ ਇਸ ਤਰ੍ਹਾਂ ਬਣਾਉਂਦੀ ਹਾਂ। ਹੁਣ ਅਸੀਂ ਇਸਦੇ ਅੰਦਰ ਪਾਲਕ ਪਾ ਦਿੰਦੇ ਹਾਂ, ਪਾਲਕ ਦੀ ਪਿਊਰੀ। ਪਾਲਕ ਪਾ ਕੇ ਇਸਨੂੰ 5 ਮਿੰਟ ਸੇਕ ਲਵਾਵਾਂਗੇ, ਥੋੜ੍ਹਾ ਜਿਹਾ ਅੰਦਰ ਧਨੀਆ ਪਾ ਦਿੰਦੇ ਹਾਂ। ਮੈਂ ਲਾਸਟ 'ਤੇ ਥੋੜ੍ਹਾ ਜਿਹਾ ਕਾਜੂਆਂ ਦੀ ਪੇਸਟ ਪਾ ਰਹੀ ਹਾਂ, ਜੇ ਤੁਸੀਂ ਚਾਹੋ ਤਾਂ ਕਰੀਮ ਵੀ ਪਾ ਸਕਦੇ ਹਾਂ, ਤੁਹਾਡੇ ਆਪਣੀ ਖੁਸ਼ੀ ਹੈ। 5 ਮਿੰਟ ਹੋ ਚੁੱਕੇ ਨੇ, ਸਾਡਾ ਪਾਲਕ ਪਨੀਰ ਬਣ ਕੇ ਰੈਡੀ ਹੈ, ਹੁਣ ਅਸੀਂ ਇਸਨੂੰ ਸਰਵ ਕਰਦੇ। ਇਸ ਸਟਾਈਲ ਪਾਲਕ ਪਨੀਰ ਬਣ ਕੇ ਰੈਡੀ ਹੈ। ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਇਸਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ, ਅਤੇ ਨਾਲ ਹੀ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਥੈਂਕ ਯੂ।